ਸਰ ਦੂਸਰੇ ਵਾਲੀ ਗੱਲ ਦਾ ਸਾਡੇ ਨਾਲ ਤਾਂ ਕੋਈ ਲਿੰਕ ਨਹੀਂ ਸਾਡੀ ਮੀਟਿੰਗ ਨਾਲ। ਸਾਡੀ ਮੀਟਿੰਗ ਦਾ ਜਿਹੜਾ ਮਤਲਬ ਹੈ, ਇਸ ਵੇਲੇ ਬਹੁਤ ਵੱਡਾ ਮਸਲਾ ਹੈ ਐਸ ਜੀ ਪੀ ਸੀ ਦੀਆਂ ਵੋਟਾਂ। ਉਹ 31 ਜੁਲਾਈ ਹੈ ਉਹਦੀ ਲਾਸਟ ਡੇਟ। ਵੋਟਾਂ ਜਿੰਨੀਆਂ ਬਣਨੀਆਂ ਚਾਹੀਦੀਆਂ ਜੇ ਘੱਟ ਬਣੀਆਂ। ਪ੍ਰਧਾਨ ਜੀ ਇਹਦੇ ਕੁਛ ਦਿਨ ਗਏ ਹੋਏ ਸੀ 5-7 ਦਿਨਾਂ ਦੇ, ਕੁਛ ਦਿਨ ਆਉਣੇ ਨਹੀਂ ਤਾਂ ਲੇਟ ਹੁੰਦੇ ਸੀ। ਪ੍ਰਧਾਨ ਜੀ ਨੇ ਕਿਹਾ ਕਿ ਮੀਟਿੰਗ ਬੁਲਾ ਕੇ ਕੋਸ਼ਿਸ਼ ਕਰੋ ਕਿ ਸਾਰੇ ਵਰਕਰ ਨੂੰ ਪਿਆਰ ਨਾਲ ਕਹੋ ਕਿ ਥੋੜ੍ਹੇ ਹੋਰ ਜ਼ੋਰ ਲਾਈਏ ਤਾਂ ਕਿ ਵੋਟਾਂ ਵੱਧ ਤੋਂ ਵੱਧ ਬਣ। ਇਸ ਕਰਕੇ ਇੱਕ ਤਾਂ ਸਾਡਾ ਮੇਜਰ ਇਸ਼ੂ ਅੱਜ ਇਹ ਸੀ ਜਿਹਦੇ ਵਾਸਤੇ ਅਸੀਂ ਸੱਦ ਕੇ ਡਿਊਟੀਆਂ ਕਿ ਬਈ ਸੰਭਾਲੋ, ਵੋਟਾਂ ਵੱਧ ਤੋਂ ਵੱਧ ਬਣਾਈਏ ਅਤੇ ਵੋਟਾਂ ਅਜੇ ਨਹੀਂ ਪੂਰੀਆਂ ਬਣ ਰਹੀਆਂ, ਇਹਦਾ ਪੂਰਾ ਮਿਹਨਤ ਕਰੀਏ। ਦੂਸਰਾ ਜਿਹੜਾ ਸੀਗਾ ਕਿ ਜਿਹੜੀਆਂ 4 ਬਾਈ ਇਲੈਕਸ਼ਨਾਂ ਆ ਰਹੀਆਂ ਨੇ ਉਹਨਾਂ 'ਚ ਆਪਾਂ ਕਿਸ ਤਰ੍ਹਾਂ ਜਿਹੜਾ ਹੈ ਕਰਨਾ, ਵਰਕਰਾਂ ਨੇ ਵਿਊ ਲੈਣਾ ਕਿ ਦੱਸੋ ਕੀ ਹੋ ਸਕਦਾ, ਕਿਵੇਂ ਲੜ ਸਕਦੇ, ਕਿਸ ਤਰ੍ਹਾਂ ਕਰਨਾ, ਦੂਸਰਾ ਮੇਨ ਇਸ਼ੂ ਇਹ ਸੀ। ਫਿਰ ਜਦੋਂ ਤੀਸਰਾ ਵਰਕਰ ਆਏ ਹੁੰਦੇ ਨੇ ਤਾਂ ਕੁਦਰਤੀ ਹੈ ਕਿ ਜ਼ਿਆਦਾ ਲੀਡਰਸ਼ਿਪ ਤਾਂ ਸੀ ਨਹੀਂ, ਚੀਮਾ ਜੀ ਹੈ, ਮੈਂ ਸੀ, ਜਾਂ ਸਾਡੇ ਜਿਹੜਾ ਯੂਥ ਹੈ ਸੀਨੀਅਰ ਉਹ ਸੀਗੇ, ਤਾਂ ਫਿਰ ਅਸੀਂ ਖੁਦ ਉਹਦਾ ਫਿਰ ਫਾਇਦਾ ਇਹ ਵੀ ਉਠਾਇਆ ਕਿ ਅਸੀਂ ਜਨਰਲ ਫਿਰ ਡਿਸਕਸ਼ਨ ਸਾਰੀ ਕੀਤੀ। ਨੌਜਵਾਨ ਸਾਡੇ ਯੂਥ 'ਚ ਬਹੁਤ ਆ ਗਏ ਨਵੇਂ, ਸੀਨੀਅਰ ਤਾਂ ਪਹਿਲਾਂ ਦੇ ਤਜਰਬੇ ਨੇ ਪਤਾ ਹੁੰਦਾ, ਤਾਂ ਉਹ ਸਾਡੀ ਕੋਸ਼ਿਸ਼ ਸੀ ਕਿ ਪਾਰਟੀ ਬਾਰੇ ਹੋਰ ਸਾਰੀ ਚੀਜ਼ਾਂ ਬਾਰੇ ਬੱਚਿਆਂ ਨਾਲ ਗੱਲਾਂ ਕੀਤੀਆਂ ਜਾਣ ਤਾਂ ਕਿ ਤਕੜੇ ਹੋ ਕੇ ਪਾਰਟੀ ਦੇ ਅਸੂਲਾਂ ਦੇ ਮੁਤਾਬਕ ਚੱਲਣ ਲੱਗਣ, ਪਾਰਟੀ ਮਜ਼ਬੂਤ ਹੋਵੇ, ਲੋਕਾਂ 'ਚ ਇਹਨਾਂ ਦਾ ਅਸਰ ਹੋਵੇ ਅਤੇ ਬਕਾਇਦਾ ਪ੍ਰਭਾਵਸ਼ਾਲੀ ਕੰਮ ਕਰਨ। ਜਿੰਨਾ ਚਿਰ ਕੋਈ ਪਰਸਨੈਲਿਟੀ ਦੇ ਨਾਲ ਸਮਝ ਨਾਲ ਕੰਮ ਨਹੀਂ ਕਰਦਾ, ਉਹਨਾਂ ਚਿਰ ਅਹੁਦਾ ਇਕੱਲਾ ਕੰਮ ਨਹੀਂ ਕਰਦਾ, ਅਹੁਦੇ ਦੇ ਮੁਤਾਬਕ ਉਹਨੂੰ ਆਪਣੇ ਆਪ ਨੂੰ ਢਾਲਣਾ ਪੈਂਦਾ। ਸੋ ਫਿਰ ਅਸੀਂ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਸਾਰੀਆਂ ਕੀਤੀਆਂ। ਸੋ ਅੱਜ ਸਾਡਾ ਮਤਲਬ ਇਹ ਸਾਡਾ ਕਿਸੇ ਨਾਲ ਕੋਈ ਕਿਸੇ ਨੂੰ ਕਹਿਣਾ ਜਿਹੜੀ ਧੜੇਬੰਦੀ ਲਗਾਤਾਰ ਵੱਧ ਰਹੀ ਹੈ ਕਿ ਉਸਨੂੰ ਤੁਸੀਂ ਕਿਵੇਂ ਵੇਖ ਰਹੇ ਹੋ? ਮੈਂ ਕੋਈ ਧੜੇਬੰਦੀ ਨਹੀਂ ਮੰਨਦਾ, ਇੱਕੋ ਹੀ ਅਕਾਲੀ ਦਲ, ਇੱਕੋ ਕੋਲ ਵੱਖਰੀ ਵੱਖਰੀ ਹੋ ਫਿਰ ਮੀਟਿੰਗ ਦਾ ਮਤਲਬ ਕੋਈ ਦੋ ਜਾਣੇ ਜੇ ਇੱਥੇ ਉੱਠ ਕੇ 2 ਮੀਟਿੰਗ ਕਰ ਲੈਣੀ 1000 ਬੰਦੇ 'ਚ, ਉਹ ਧੜੇਬੰਦੀ ਥੋੜ੍ਹਾ ਬਣ ਜਾਂਦੀ ਹੈ। ਕਰੇ ਕੋਈ ਆਪਦੀ ਮਰਜ਼ੀ ਹੈ, ਦੋ ਕਰਾਜ ਹੈ, ਇਸ 'ਚ ਕਿੰਨੀਆਂ ਕਰੀ ਜਾਣ। ਪ੍ਰੈਜੀਡੈਂਟ ਦੀ ਚੋਣ ਵਾਸਤੇ ਕਾਗਜ਼ ਭਰ ਦਿੰਦੇ ਨੂੰ 15 ਬੰਦੇ ਨਹੀਂ ਆਉਂਦੇ, ਆਪਦੀ ਨੋਮੀਨੇਸ਼ਨ ਵਾਸਤੇ ਉਹ ਵੀ ਭਰ ਦਿੰਦਾ, ਕੁਛ ਹਟਾਉਂਦਾ, ਇਹ ਡੈਮੋਕ੍ਰੇਸੀ ਹੈ। ਅਜੇ ਵੀ ਕੋਈ ਕਿਹਾ ਰਹੀਆਂ ਸੀ ਕਿ ਉਹ ਦੂਜਾ ਧੜਾ ਇੱਥੇ ਆ ਕੇ ਗੱਲਬਾਤ ਕਰ ਸਕਦਾ, ਮੁਲਾਕਾਤ ਕਰ ਸਕਦਾ, ਨਹੀਂ ਮੈਨੂੰ ਤਾਰੀਖ ਪਤਾ ਇਸ ਗੱਲ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਕਿਸੇ ਨੂੰ ਪਤਾ ਹੋਵੇ ਤਾਂ ਮੇਰੇ ਕੋਲ ਤਾਂ ਕੋਈ ਇਹੀ ਜਿਹੀ ਇਨਫੋਰਮੇਸ਼ਨ ਸੀ। ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੇ ਨਾਲ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਮੀਟਿੰਗਸ ਉਹ ਕਰ ਰਹੇ ਨੇ ਔਰ ਮੀਡੀਆ ਦੇ ਸਾਹਮਣੇ ਸੰਬੋਧਨ ਉਹ ਕਰ ਰਹੇ ਨੇ, ਲੱਗਦਾ ਨਹੀਂ ਕਿ ਅਕਾਲੀ ਦਲ ਦੇ ਉੱਤੇ ਬੜਾ ਬੁਰਾ ਪ੍ਰਭਾਵ ਪੜ ਰਹੇ ਆ? ਬੁਰਾ ਪ੍ਰਭਾਵ ਮੈਂ ਕਿਸੇ ਨੂੰ ਬੰਦੇ ਨੂੰ ਗਾਲਾਂ ਕੱਢੀ ਜਾਂਦਾ ਬਗੈਰ ਮਤਲਬ ਦੇ, ਮੈਂ ਇਕੱਲਾ ਤਾਂ ਪੰਜਾਬ ਨਹੀਂ, ਮੈਂ ਇਕੱਲਾ ਪੰਥ ਨਹੀਂ, 4-5 ਬੰਦੇ ਰੱਖ ਕੇ ਖੜਦੇ ਨੇ, ਕੋਈ ਕਿਸੇ ਦੇ ਬੋਲੀ ਜਾਂਦੇ ਖਿਲਾਫ, ਲੋਕ ਬਹੁਤ ਸਿਆਣੇ ਨੇ, ਬੜੇ ਲੋਕਾਂ ਨੂੰ ਗਿਆਨ ਆ। ਇਸ ਕਰਕੇ ਹੁਣ ਹਿੰਦੁਸਤਾਨ ਦੀ ਲੜਾਈ ਦੇਖ ਲਓ ਹੋਈ ਹੈ ਪਾਰਲੀਮੈਂਟ ਦੀ, ਤਾਂ ਮੋਦੀ ਜੀ ਨੇ ਕਿੰਨਾ ਜ਼ੋਰ ਲਾਇਆ, ਕਿੰਨੀ ਸਕੋਰ, ਕਿੱਡਾ ਵੱਡਾ ਪ੍ਰਚਾਰ, 400 ਸੀਟਾਂ ਰਹਿ ਗਈਆਂ 240। ਇਸ ਕਰਕੇ ਲੋਕ ਫੈਸਲਾ ਕਰਦੇ ਨੇ, ਅਤੇ ਦੂਸਰੇ ਅਜੇ ਇਕੱਠੇ ਨਹੀਂ ਸੀ, ਅਜੇ ਡਿਵਾਈਡਡ ਸੀ, ਜੇ ਕਿਤੇ ਇਕੱਠੇ ਹੁੰਦੇ ਮੇਰੇ ਕੋਲ 240 ਨਹੀਂ ਸੀ ਰਹਿਣੀਆਂ। ਇਸ ਕਰਕੇ ਜਿਹੜਾ ਲੋਕ ਹੈ ਡੈਮੋਕ੍ਰੇਸੀ 'ਚ ਇਹ ਫੈਸਲੇ ਲੋਕ ਕਰਦੇ ਨੇ ਕਿ ਠੀਕ ਕੀ ਹੈ, ਗਲਤ ਕੀ ਹੈ, ਜਿਹੜਾ ਬੰਦਾ ਕਹਿੰਦਾ ਇਹ ਠੀਕ ਹੈ ਕਿ ਗਲਤ ਬੋਲ ਰਿਹਾ, ਫਿਰ ਉਹਦੇ ਪਿੱਛੇ ਉਹਦੀ ਬੈਕਗਰਾਊਂਡ ਸਟੋਰੀ ਹੁੰਦੀ ਹੈ। ਇੱਕ ਬੰਦਾ ਬੋਲਦਾ
ਬੜਾ ਮਿੱਠਾ ਬੋਲਦਾ, ਬੜਾ ਦੇਖਣ ਸੋਹਣਾ ਲੱਗਦਾ, ਲੇਕਿਨ ਕਿਰਦਾਰ ਨਹੀਂ ਹੁੰਦਾ। ਇੱਕ ਬੰਦਾ ਕਿਰਦਾਰ ਬਹੁਤ ਉੱਚਾ ਹੁੰਦਾ, ਦੇਖਣ ਚ ਕਸੱਲਾ ਜਿਹਾ ਹੁੰਦਾ, ਕੱਪੜੇ ਮਾੜੇ ਪਾਏ ਹੁੰਦੇ, ਉਹਨੂੰ ਲੋਕ ਸਿਰ ਝੁਕਾਉਂਦੇ ਨੇ, ਕਹਿੰਦੇ ਯਾਰ ਬੜਾ ਇਹ ਬੰਦੇ ਉਹ ਰਿਜ਼ਲਟ ਦਾ ਕੋਈ ਕੋਈ ਅਸੀਂ ਉਸ ਰਿਜ਼ਲਟ ਨੂੰ ਗਲਤ ਨਹੀਂ ਦੇਖਦੇ, ਜੋ ਸਾਡਾ ਬੰਦਾ ਹੀ ਨਹੀਂ ਸਿਰ ਖੜੇ ਨਹੀਂ ਕੀਤਾ। ਅਸੀਂ ਬੰਦਾ ਨੂੰ ਕਿਹਾ ਅਸੀਂ ਵਿਡਰਾ ਕਰ ਲਓ, ਅਸੀਂ ਸਾਰੀ ਗੱਲ ਕਹੀ, ਅਸੀਂ ਸਪੋਰਟ ਵੀ ਨਹੀਂ ਸੀ ਦਿੱਤੀ। ਇਸ ਕਰਕੇ ਕੋਈ ਅਸੀਂ ਉਸਦੇ ਰਿਜ਼ਲਟ ਨੂੰ ਕੋਈ ਸਾਡੇ ਤੇ ਕੋਈ ਉਹਦਾ ਅਸਰ ਨਹੀਂ ਹੈ, ਕੋਈ ਮੈਂ ਉਹਨੂੰ ਦੇਖ ਲੈਂਦਾ। ਸਾਡੀ ਮੀਟਿੰਗ ਜਦੋਂ ਹੁੰਦੀ ਹੈ ਪ੍ਰਧਾਨ ਉਦੋਂ ਵੀ ਆ ਜਾਂਦੀ ਹੈ, ਸਾਡੀ ਮੀਟਿੰਗ ਦੇਖ ਕੇ ਵੀ ਅੱਜ ਪ੍ਰਧਾਨ ਨੀ, ਮੀਟਿੰਗ ਇਹਨਾਂ ਨੇ ਕੀਤੀ ਹੈ, ਮੀਟਿੰਗ ਥੋੜਾ ਜਿਹਾ ਸੁਨੇਹੇ ਮੈਂ ਵੱਧ ਭੇਜਦੇ ਵੀ ਵੱਧ ਆ ਜਾਓ ਵੀ ਆਪਾਂ ਅੱਜ ਖੁੱਲਾ ਟਾਈਮ ਲਾਉਣਾ, ਵੱਡਾ ਪ੍ਰੋਗਰਾਮ ਹੋ ਸਕਦਾ ਉਹ ਦੇਖ ਕੇ ਇਕੱਠ ਵੀ ਪ੍ਰਧਾਨ ਹੈ ਨਹੀਂ, ਇਹ ਇਕੱਠ ਕਿਵੇਂ ਕਰੀ ਬੈਠੇ ਨੇ, ਹੋ ਸਕਦਾ ਆਪਣੇ ਕਿਸੇ ਤੇ ਲਾ ਦਿੱਤੀ, ਜੋ ਕਿਸੇ ਨੇ ਪਤਾ ਨਹੀਂ ਇੰਨੇ ਇੰਨੀ ਦੁਨੀਆ ਖੜੀ ਹੁੰਦੀ ਕਿਸੇ ਨੇ ਕੀ ਕਹਿਤਾ। ਉਧਰ ਸਾਹਿਬ ਤੁਸੀਂ ਡਿਸਿਪਲਿਨ ਕਮੇਟੀ ਦੇ ਪ੍ਰਧਾਨ ਵੀ ਹੋ, ਕੀ ਕੋਈ ਐਕਸ਼ਨ ਲਿੱਤਾ ਜਾਊਗਾ ਵੀ ਲਗਾਤਾਰ ਡਿਸਿਪਲਿਨ ਨਾਲ ਕੀਤਾ ਜਾ ਰਿਹਾ ਪਾਰਟੀ ਤੋਂ ਬਾਹਰ, ਪਾਰਟੀ ਦੇ ਖਿਲਾਫ ਲਗਾਤਾਰ ਜਿਵੇਂ ਬਿਆਨਬਾਜ਼ੀ ਹੋ ਰਹੀ ਹੈ? ਕੋਈ ਐਕਸ਼ਨ ਦੀ ਸਾਨੂੰ ਲੋੜ ਕੋਈ ਨਹੀਂ ਲੱਗਦੀ, ਕਿ ਜਿਹੜਾ ਬੰਦਾ ਆਪਣੇ ਆਪ ਹੀ ਪਾਰਟੀ ਦੇ ਅਸੂਲ ਦੇ ਉਲਟੂ ਬੋਲਣ ਲੱਗਦਾ, ਆਪਣੇ ਆਪ ਹੀ ਐਕਸ਼ਨ ਹੋ ਗਿਆ ਕਿ ਆਪ ਪਾਰਟੀ ਤੋਂ ਬਾਹਰ ਹੋ ਗਿਆ। ਪਾਰਟੀ ਦਾ ਹਿੱਸਾ ਕਿਹੜਾ ਜਿਹੜਾ, ਜੇ ਤੁਸੀਂ ਮੈਨੂੰ ਗਾਲਾਂ ਕੱਢੀਆਂ ਨਾ, ਮੇਰਾ ਹਿੱਸਾ ਕਿੱਥੋਂ ਰਹਿ ਗਿਆ? ਇਹ ਤਾਂ ਆਟੋਮੈਟਿਕ ਹੀ ਹੋ ਗਿਆ ਕਿ ਪਾਰਟੀ ਤੋਂ ਅਸੀਂ ਬਾਹਰ ਹੋ ਗਿਆ। ਜੇ ਤੁਸੀਂ ਪਾਰਟੀ ਦੇ ਉਲਟ ਬੋਲਣ ਲੱਗ ਗਏ, ਪ੍ਰਧਾਨ ਦੇ ਉਲਟ ਬੋਲਣ ਲੱਗ ਗਏ, ਤੇ ਫਿਰ ਦੱਸੋ ਫਿਰ ਅਸੀਂ ਪਾਰਟੀ ਦੇ ਕਿੱਥੇ ਰਹਿ ਗਏ? ਜਲੰਧਰ ਵੈਸਟ ਚੁਣਾਵ ਕੇ ਅੰਦਰ ਆਪ ਲੋਕੋ ਕੇ ਖਿਲਾਫ ਜਾ ਕਰਕੇ ਵੋ ਕੈਂਡੀਡੇਟ ਖੜਾ ਰੱਖਾ ਔਰ ਉਸਕੇ ਕਾਰਨ ਪਾਰਟੀ ਕੀ ਕਿਰਕਿਰੀ ਹੋਈ, ਲਗਭਗ 2000 ਵੋਟ ਆਈ ਪਾਰਟੀ ਕੀ, ਤੋ ਕਹੀਂ ਨਾ ਕਹੀਂ ਮੰਨਦੇ ਨਹੀਂ ਕਿ ਪਾਰਟੀ ਕੋ ਬਦਨਾਮ ਕੀਆ ਜਾ ਰਹਾ ਹੈ? ਦੇਖੋ ਜਿਹੜੇ ਬਦਨਾਮ ਕਰਨ ਵਾਲੇ ਨੇ ਉਹ ਖੁਦ ਬਦਨਾਮ, ਜਿਹੜਾ ਗਲਤੀ ਕਰਦਾ ਖੁਦ ਉਸ ਗਲਤੀ ਦੀ ਸਜ਼ਾ ਭੁਗਤ ਲੈਂਦਾ, ਜਿਹੜੇ ਗਲਤੀਆਂ ਕਰੀ ਜਾਣਗੇ ਉਹ ਖੁਦ ਉਹਨਾਂ ਦੀ ਸਜ਼ਾ ਖਾਈ ਜਾਣਗੇ। ਦੇਖ ਲਿਓ ਸਮਾਂ ਆਏਗਾ ਤੁਹਾਨੂੰ ਤੁਹਾਡੇ ਸਾਹਮਣੇ ਆ ਜਾਏਗਾ, ਹਿਸਟਰੀ ਦੱਸੇਗੀ, ਉਹ ਰਿਪੀਟ ਕਰਦੀ ਰਹਿੰਦੀ ਹੈ, ਪਿੱਛੇ ਬੜਾ ਰਿਪੀਟ ਕੀਤਾ ਹਿਸਟਰੀ ਨੇ। ਮੈਂ ਤਾਂ ਦੇਖੀ ਜਾਂਦਾ ਬੜੇ ਪੁਰਾਣੇ ਸਮੇਂ ਤੋਂ ਦੇਖੀ ਜਾਂਦਾ, ਮੇਰੇ ਖਿਲਾਫ 50 ਸਾਲ ਤੋਂ ਉੱਪਰ ਹੋ ਗਏ ਪਾਰਟੀ ਦੇ ਸਾਰਾ ਦੇਖਦੇ ਨੂੰ ਸਿਸਟਮ, ਕਿ ਕਿੰਨੇ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਅਤੇ ਸੰਗਤ ਨੇ ਹਮੇਸ਼ਾ ਅਕਾਲੀ ਦਲ ਨੂੰ ਤਕੜਾ ਰੱਖਿਆ। ਹੁਣ ਵੀ ਦੇਖੋ ਅਕਾਲੀ ਦਲ ਨੇ ਮਜ਼ਬੂਤ ਹੀ ਰਹਿਣਾ, ਬਹਿਮ ਕੱਢ ਦਿਓ, ਬਹੁਤ ਮਜ਼ਬੂਤ ਪਾਰਟੀ ਹੈ, ਬਹੁਤ ਅਕਾਲੀ ਦਲ ਜਿਹੜਾ ਹੈ ਬਹਾਦਰ ਲੋਕਾਂ ਦੀ ਜਮਾਤ ਹੈ। ਦੇਸ਼ ਦੀ ਆਜ਼ਾਦੀ ਵੇਲੇ ਸਾਰਾ ਹਿੰਦੁਸਤਾਨ ਨਹੀਂ ਸੀ ਖੜਾ ਹੋਇਆ, ਅਤੇ ਸਾਰਾ ਹਿੰਦੁਸਤਾਨ ਭਗਤ ਸਿੰਘ ਨਹੀਂ ਬਣ ਸਕਦਾ, ਸਾਰਾ ਹਿੰਦੁਸਤਾਨ ਸਰਾਭਾ ਨਹੀਂ ਬਣ ਸਕਦਾ, ਸਾਰਾ ਹਿੰਦੁਸਤਾਨ ਸੁਭਾਸ਼ ਚੰਦਰ ਬੋਸ ਨਹੀਂ ਬਣ ਸਕਦਾ, ਇਹ ਚੰਦ ਬੰਦੇ ਹੀ ਹੁੰਦੇ ਨੇ। ਉਸ ਵੇਲੇ ਵੀ ਲੋਕ ਅੰਗਰੇਜ਼ਾਂ ਦੇ ਨਾਲ ਸੀ ਭਗਤ ਸਿੰਘ ਉਹਨਾਂ ਦੇ ਖਿਲਾਫ਼, ਤਾਂ ਅੰਗਰੇਜ਼ਾਂ ਦੇ ਖਿਲਾਫ਼ ਵਾਲੇ ਬੰਦਿਆਂ ਨੇ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ, ਖੜੇ ਗਏ, ਲੋੜ ਹੀ ਕੋਈ ਨਹੀਂ, ਮਜ਼ਬੂਰੀ ਕਿਆ, ਪਾਰਟੀ ਕੋਈ ਮਜ਼ਬੂਰੀ ਨਹੀਂ, ਉਹ ਪਾਰਟੀ ਦੇ ਖਿਲਾਫ਼ ਕੋਈ ਵੀ ਕੰਮ ਕਰਦੇ ਨੇ, ਤੁਸੀਂ ਬੋਲੀ ਜਾਂਦੇ ਮੈਂ ਤੁਹਾਡੇ ਤੇ ਕੀ ਐਕਸ਼ਨ ਕਰੂੰਗਾ, ਕੀ ਲੋੜ ਆ ਮੈਨੂੰ ਐਕਸ਼ਨ ਦੀ? ਇਸ ਕਰਕੇ ਜਿਹੜੇ ਬੰਦੇ ਪਾਰਟੀ ਤੋਂ ਬਾਹਰ ਬੋਲੀ ਜਾਂਦੇ ਨੇ, ਸਾਨੂੰ ਲੋੜ ਕਿਉਂ, ਤਾਂ ਆਪਣੀਆਂ ਵੀ ਬਾਹਰ ਲੋਕ ਦੇਖੀ ਜਾਂਦੇ, ਹੋਰ ਜਿੱਥੇ 10 ਗਾਲਾਂ ਕੱਢੀ ਦੇਣ 11ਵਾਂ ਕੱਢੀ ਜਾਵੇ, ਬਸ ਦੂਜੇ ਹੜਦੇ ਨੇ, ਕਿੰਨੀਆਂ ਪਾਰਟੀਆਂ ਸਾਡੇ ਉਲਟ ਬੋਲਦੀਆਂ ਨੇ, ਅੱਜ ਉਲਟ ਬੋਲਣ ਵਾਲੇ ਦੇਖੋ ਕੀ ਹੋਇਆ ਇਤਿਹਾਸ, ਸਾਨੂੰ ਸਾਡੇ ਤੇ ਕੀ ਦੋਸ਼ ਲਾਏ, ਇਹ ਜੀ ਧਰਮ ਦੀ ਵਗਿਆ ਹੋ ਗਈ, ਇਹ ਜੀ ਰੇਤਾ ਮਹਿੰਗਾ ਹੋ ਗਿਆ, ਇਹ ਜੀ ਚਿੱਟਾ ਹੋ ਗਿਆ, ਇਹ ਜੀ ਬੰਦੇ ਮਰ ਲਾ ਗਏ ਚਿੱਟੇ ਨਾਲ, ਇਹ ਜੀ ਸੁੱਡੀ ਖਾ ਗਈ ਨਰਮੇ ਨੂੰ, ਬੰਦੇ ਜੀ ਹੋ ਗਏ ਜੀ, ਜੱਟ ਮਰ ਗਿਆ, ਅੱਜ ਜੱਟ 10 ਗੁਣਾ ਮਰ ਰਿਹਾ, ਅੱਜ ਸੁੰਡੀ 10 ਗੁਣਾ ਹੋ ਗਈ ਹੈ, ਰੇਤਾ ਰੇਟ ਕੱਢ ਲਓ ਸਾਡੇ ਅਕਾਲੀ ਦਲ ਦੇ ਰਾਜ ਨਾਲੋਂ ਅਮਰਿੰਦਰ ਵੇਲੇ ਦੁੱਗਣਾ, ਹੁਣ ਉਸ ਤੋਂ ਤਿੱਗਣਾ, ਸਾਡੇ ਨਾਲ 3 ਗੁਣਾ ਰੇਟ ਹੈ, ਕੱਢ ਲਓ ਰੇਟ,
ਰਿਸ਼ਵਤ 15 ਗੁਣਾ ਨਹੀਂ 50 ਗੁਣਾ ਵੱਧ ਹੈ। ਨਰਮਾ ਸੁੰਡੀਆਂ ਉਵੇਂ ਪਈਆਂ ਨੇ, ਖਤਮ ਹੋ ਗਿਆ। ਲੋਕ ਉਵੇਂ ਜੇਕਰ ਦਵਾਈ ਲਾ ਕੇ ਮਰੀ, ਰੋਜ਼ ਡਰੱਗ ਨਾਲ ਚਾਰ ਚਾਰ ਪੰਜ ਪੰਜ ਬੰਦੇ ਮਰਦੇ ਨੇ, ਇੱਕ ਇੱਕ ਟੱਬਰ ਦੇ ਮਰੀ ਜਾਂਦੇ ਨੇ। MLA ਸਰਕਾਰ ਦੇ ਪੋਸਟਾਂ ਪਾਈਆਂ ਨੇ ਵੀ ਤੁਹਾਡੇ ਅਫਸਰ ਵੇਚੀ ਜਾਂਦੇ ਨੇ। ਤੁਸੀਂ ਇਹਨੂੰ ਫੜੋ, ਫੜਦੇ ਨਹੀਂ, ਤੁਸੀਂ ਪੈਸੇ ਲੈਂਦੇ ਹੋ, ਅਸੀਂ ਨਹੀਂ ਕਹਿੰਦੇ, ਉਹਨਾਂ ਦੇ MLA ਬੋਲਦੇ ਨੇ ਔਰ ਬੜੇ ਨਾਮਵਰ MLA ਬੋਲ ਰਹੇ, ਤੁਹਾਨੂੰ ਪਤਾ ਹੀ ਹੈ, ਪੋਸਟਾਂ ਦੇਖ ਰਹੇ ਹੋ। ਅੱਜ ਕਿਹੜੀ ਚੀਜ਼ ਹੈ? ਇਹ ਚੀਜ਼ਾਂ ਸਾਡੇ ਦੋਸ਼ ਲਾਉਂਦੇ ਸੀ। ਅੱਜ ਧਰਮ ਤੇ ਕਿੰਨੇ ਹਮਲੇ ਹੋ ਚੁੱਕੇ ਨੇ, 507 ਵਾਰ ਬੇਅਦਬੀ ਹੋ ਗਈ ਹੈ। ਹੁਣ ਉਹ ਲੋਕ ਜਿਹੜੇ ਸਾਡੇ ਦੋਸ਼ ਲਾਉਂਦੇ ਸੀ, ਬੋਲਦੇ ਕਿਉਂ ਨਹੀਂ? ਧਰਮ ਤੇ ਹੀ ਬੋਲ ਪੈਣਾ, ਚਿੱਟੇ ਤੇ ਹੀ ਬੋਲ ਪੈਣਾ, ਕਿਸਾਨ ਮਰ ਰਹੇ ਨੇ ਦੂਸਰੇ ਗਰੀਬੀ 'ਚ, ਉਹ ਤੇ ਬੋਲ ਪੈਣਾ, ਚੁੱਪ ਨੇ ਸਾਰੇ। ਅੱਜ ਕੋਈ ਯਾਦ ਨਹੀਂ ਕਿਸੇ ਨੂੰ ਆ ਰਿਹਾ। ਇਸ ਕਰਕੇ ਸਮਾਂ ਆਪਣੇ ਆਪ ਜ਼ਖਮ ਭਰਦਾ। ਅਖੀਰ ਜਿਹੜਾ ਹੈ ਅਕਾਲੀ ਦਲ ਦਾ ਲੋਕਾਂ 'ਚ ਆ ਜਾਣਾ ਕਿ ਇਹ ਠੀਕ ਸੀ, ਇਹ ਲੋਕ ਕੰਮ ਕਰਨ ਵਾਲੇ ਨੇ, ਇਹ ਬੇਨਤੀ ਲੋਕ ਨੇ, ਝੂਠੇ ਇਲਜ਼ਾਮ ਲਾਏ। ਅਸੀਂ ਇੱਕ ਮਨੋਰਟੀ ਦੀ ਪਾਰਟੀ ਹਾਂ, ਮਨੋਰਟੀ ਪਾਰਟੀ ਕਰਕੇ ਸਾਰੇ ਲੋਕ ਸਾਨੂੰ ਕਹਿ ਰਹੇ ਜਿੰਨੀਆਂ ਜਾਂ ਸੀਆਰਵੀ ਅਕਾਲੀ ਦਲ ਨੂੰ ਕਿਵੇਂ ਖਤਮ ਕਰਨਾ, ਇਹ ਧਰਮ ਨੂੰ ਕਿਵੇਂ ਢਾਹ ਲਾਉਣੀ ਹੈ। ਇਹ ਦੋਨੇ ਗੱਲਾਂ 'ਤੇ ਜ਼ੋਰ ਲੱਗਿਆ ਏਜੰਸੀਆਂ ਦਾ। ਇਸ ਕਰਕੇ ਮੈਂ ਕਹਿਣਾ, ਮੈਂ ਤੁਹਾਡੇ 'ਤੇ ਅਗਲਾ ਸਵਾਲ ਕਰਦਾ, ਲਿਖਣਾ ਨਹੀਂ, ਤੁਸੀਂ ਦੇਣਾ ਨਹੀਂ ਹੈ TV 'ਚ ਸ਼ਾਇਦ, ਕਿ ਹਿੰਦੁਸਤਾਨ ਦੀਆਂ ਏਜੰਸੀਆਂ ਬਹੁਤ ਵੱਡੀ ਗਲਤੀ ਕਰ ਰਹੀਆਂ ਨੇ। ਸਿੱਖ ਇੱਕ ਬਹਾਦਰ ਕੌਮ ਹੈ, ਇਸ ਧਰਤੀ 'ਤੇ ਪੈਦਾ ਹੋਈ ਹੈ, ਸਾਡੇ ਗੁਰੂ ਇਸ ਧਰਤੀ 'ਤੇ ਪੈਦਾ ਹੋਏ ਨੇ, ਸਾਡੇ ਪੰਜ ਪਿਆਰੇ ਇਸ ਧਰਤੀ ਦੇ ਨੇ, ਸਾਡੀ ਸਿੱਖ ਕੌਮ ਇਸ ਧਰਤੀ ਦੀ ਹੈ। ਇਸੇ ਧਰਤੀ 'ਤੇ ਰਹਿ ਕੇ ਲੜਨਾ, ਇਸੇ 'ਤੇ ਲੈ ਕੇ ਹੱਕ ਲੈਣੇ, ਇਹੀ ਸਾਡਾ ਦੇਸ਼ ਹੈ, ਇਸੇ 'ਤੇ ਅਸੀਂ ਅੱਗੇ ਵਧਣਾ। ਲੜਕੇ ਇਹ ਜੋ ਕਰ ਰਹੇ ਨੇ, ਗਲਤੀਆਂ ਕਰ ਰਹੇ ਨੇ, ਦੇਸ਼ ਦਾ ਬਹੁਤ ਵੱਡਾ ਨੁਕਸਾਨ, ਇੱਕ ਬਹਾਦਰ ਕੌਮ ਦਾ ਨੁਕਸਾਨ ਕਰਕੇ, ਬਹਾਦਰ ਅਤੇ ਸਿੱਖ ਧਰਮ ਜਿਹੜਾ ਦੁਨੀਆਂ ਦਾ ਸਭ ਤੋਂ ਬਿਹਤਰੀਨ ਧਰਮ ਹੈ, ਉਹਦਾ ਨੁਕਸਾਨ ਕਰਕੇ, ਦੇਸ਼ ਦਾ ਨਹੀਂ ਦੁਨੀਆਂ ਦਾ ਨੁਕਸਾਨ ਕਰ ਰਹੇ।